नवजोत सिंह सिद्धू की गल करिए ते नवजोत सिंह सिद्धू इन्हां दिनां विच उखड़े उखड़े नजर आ रहे ने। परसों चौथ एक कैप्टन साहब दे वलों एक डिनर पार्टी रखी गई सी, उस पार्टी दे तहत बहुत सारे विधायक जिहड़े उत्थे नजर आए और हर एक विधायक दी इक्को ही मतलब सुर सीगी, वो कह रहे सी कि 2022 दीआं चोणां जिहड़ीआं इस बार असीं कैप्टन अमरिंदर सिंह दी अगवाई विच ही लड़ांगे। किते ना किते नवजोत सिंह सिद्धू दे धड़े नूं उस वेला बिपता पै गई जदों 60 दे करीब और जिहड़े विधायक सन कैबिनेट मंत्री सन ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਸ ਪਾਰਟੀ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਹੋਈ ਸੀ। ਔਰ ਬਹੁਤ ਸਾਰੇ ਵਿਧਾਇਕਾਂ ਦਾ ਸਪਸ਼ਟੀਕਰਨ ਵੀ ਆਇਆ ਹੈ, ਜਿਵੇਂ ਆਪਾਂ ਬੀਬੀ ਸਤਕਾਰ ਕੌਰ ਜੀ ਗਹਿਰੀ ਦੀ ਗੱਲ ਕਰੀਏ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਤਾਂ ਵਿਕਾਸ ਦੇ ਮੁੱਦੇ ਲੈ ਕੇ ਉੱਥੇ ਗਏ ਸੀ ਪਰ ਸਾਨੂੰ ਪਤਾ ਨਹੀਂ ਸੀ ਕਿ ਅਸਲ ਵਿੱਚ ਇਹ ਗੱਲ ਕੀ ਹੈ। ਉਸ ਤੋਂ ਬਾਅਦ ਉਹਨਾਂ ਨੇ ਵੀ ਬਿਆਨ ਕੀਤਾ ਸੀ ਕਿ ਮੈਂ ਕੈਪਟਨ ਸਾਹਿਬ ਦੇ ਨਾਲ ਹਾਂ ਔਰ ਕੈਪਟਨ ਸਾਹਿਬ ਦੇ ਨਾਲ ਹੀ ਰਹਾਂਗੀ। ਹੁਣ ਸਵਾਲ ਇੱਥੇ ਪੈਦਾ ਹੁੰਦਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆਏ ਦਿਨ ਬੇਬਾਕੀ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਔਰ ਆਪਣੇ ਹਿਸਾਬ ਦੇ ਨਾਲ ਚੌਕੇ ਸਿਕਸਰ ਲਗਾਉਂਦੇ ਨੇ, ਪਰ ਹੁਣ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਬਹੁਤ ਹੀ ਸੰਕੋਚ ਕਰ ਰਹੇ ਨੇ ਬੋਲਣ ਲੱਗਿਆਂ। ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਜਿਵੇਂ ਹਰੀਸ਼ ਰਾਵਤ ਨੇ ਵੀ ਕਿਹਾ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਆਪਣੇ ਸਲਾਹਕਾਰ ਨਹੀਂ ਹਟਾਉਂਦਾ ਤਾਂ ਮੈਂ ਹਟਾ ਦੇਵਾਂਗਾ, ਮਤਲਬ ਸਿੱਧੀ ਦੀ ਸਿੱਧੀ ਨਵਜੋਤ ਸਿੰਘ ਸਿੱਧੂ ਨੂੰ ਇਹ ਨਸੀਹਤ ਸੀ। ਔਰ ਜਿਸ ਦੇ ਚੱਲਦਿਆਂ ਮਾਲਵਿੰਦਰ ਸਿੰਘ ਮਾਲੀ ਨੇ ਬਕਾਇਦਾ ਤੌਰ ਤੇ ਅਸਤੀਫਾ ਵੀ ਦੇ ਦਿੱਤਾ ਹੈ। ਹੋਰ ਵੀ ਮਤਲਬ ਜੇ ਕਹਿ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਵਿਕਟ ਹੈ ਉਹ ਗਿਰ ਸਕਦੇ ਨੇ, ਪਰ ਹੁਣ ਮਸਲਾ ਇਹ ਹੈ ਕਿ ਇੱਕ ਪਾਸੇ ਤਾਂ 22 ਦੀ ਇਲੈਕਸ਼ਨ ਆਈ ਹੈ, ਦੂਜੇ ਪਾਸੇ ਕਾਂਗਰਸ ਪਾਰਟੀ ਦਾ ਜਿਹੜਾ ਬਖੇੜਾ ਹੈ ਇਹ ਨਵਾਂ ਖੜਾ ਹੋ ਗਿਆ ਹੈ। ਕੀ ਇਸ ਦੇ ਵਿੱਚ ਕਾਂਗਰਸ ਪਾਰਟੀ ਕੋਈ ਮੱਲ ਮਾਰ ਸਕੇਗੀ ਜਾਂ ਨਹੀਂ, ਕਿਉਂਕਿ ਆਵਾਮ ਜਿਹੜੀ ਹੈ ਇਸ ਸਮੇਂ ਡਿਵਾਈਡ ਹੋਈ ਪਈ ਹੈ। ਕੋਈ ਨਵਜੋਤ ਸਿੰਘ ਸਿੱਧੂ ਦੇ ਖੇਮੇ ਨਾਲ ਜੁੜਿਆ ਹੈ, ਕੋਈ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਨਾਲ ਜੁੜਿਆ ਹੋਇਆ ਹੈ, ਲੇਕਿਨ ਜਿਹੜੇ ਵਰਕਰ ਨੇ ਉਹ ਵੀ ਭੰਬੜ ਭੂਸੇ 'ਚ ਫਸੇ ਹੋਏ ਨੇ ਕਿ ਆਖਰ ਅਸੀਂ ਕਰੀਏ ਤਾਂ ਕੀ ਕਰੀਏ। ਹੁਣ ਇੱਥੇ ਦੋ ਗੱਲਾਂ ਬੜੀਆਂ ਸਪਸ਼ਟ ਨੇ। ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਨੂੰ ਜਾ ਕੇ ਗੱਲ ਜ਼ਰੂਰ ਕਹਿਣਗੇ ਕਿ ਦੇਖੋ ਮੇਰੇ ਜਿਹੜੇ ਅਧਿਕਾਰ ਆ ਮੈਨੂੰ ਆਪਣੇ ਅਧਿਕਾਰਾਂ ਦੇ ਤਹਿਤ ਚੱਲਣ ਦਿਓ, ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਹੈ ਕਿਉਂਕਿ ਅਸੀਂ ਪੂਰਾ ਵਕਤ ਇੱਥੇ ਰਹਿੰਦੇ ਹਾਂ, ਸਾਨੂੰ ਪਤਾ ਹੈ ਕਿ ਕੀ ਸਥਿਤੀ ਹੈ ਕੀ ਨਹੀਂ ਹੈ। ਔਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਹੁਣ ਮੌਕੇ ਦੀ ਸਿਚੁਏਸ਼ਨ 'ਤੇ ਉਹਨਾਂ ਨੇ ਨਜ਼ਰ ਰੱਖੀ ਹੋਈ ਹੈ। ਹੁਣ ਵੇਖਣਾ ਇਹ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਦਾ ਆਉਣ ਵਾਲੇ ਸਮੇਂ ਵਿੱਚ ਕੀ ਬਣਦਾ ਹੈ। ਬਿਊਰੋ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087 ਨੰਬਰ, ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।